ਐਸਟੀਐਫ ਲੁਧਿਆਣਾ ਰੇਂਜ ਨੇ ਗੁਪਤ ਸੂਚਨਾ ਦੇ ਆਧਾਰ ਤੇ ਨਾਕੇਬੰਦੀ ਦੌਰਾਨ 3 ਕਿਲੋ 130 ਗ੍ਰਾਮ ਹੈਰਨ ਸਹਿਤ 4 ਦੋਸ਼ੀਆਂ ਨੂੰ ਕਾਬੂ ਕੀਤਾ ਹੈ, ਜਿਨ੍ਹਾਂ ਵਿੱਚ ਇੱਕ ਮਹਿਲਾ ਵੀ ਸ਼ਾਮਲ ਹੈ। ਬਰਾਮਦ ਹੈਰਨ ਦੀ ਕੀਮਤ ਅੰਤਰਰਾਸ਼ਟਰੀ ਬਾਜ਼ਾਰ ਦੇ ਵਿੱਚ 16 ਕਰੋੜ ਦੱਸੀ ਜਾ ਰਹੀ ਹੈ। ਆਈਜੀ ਐਸਟੀਐਫ ਦੇ ਸਨੇਹਦੀਪ ਸ਼ਰਮਾ ਨੇ ਇਸ ਮੌਕੇ ਤੇ ਜਾਣਕਾਰੀ ਦਿੰਦਿਆਂ ਕਿਹਾ, ਇਹ ਐਸਟੀਐਫ ਰੇਂਜ ਲੁਧਿਆਣਾ ਦੀ ਟੀਮ ਨੇ ਕਾਰਵਾਈ ਕਰਦੇ ਹੋਏ ਇੰਸਪੈਕਟਰ ਹਰਬੰਸ ਸਿੰਘ ਹਰਾਂ ਦੀ ਅਗਵਾਈ ਦੇ ਵਿੱਚ ਕਾਰਵਾਈ ਕਰਦੇ ਹੋਏ ਔਰ ਡੀਐਸਪੀ ਸਾਡੇ ਪਵਨਜੀਤ ਨਾਲ ਨੇ ਇਹਨਾਂ ਦੇ ਕਾਰਵਾਈ ਕਰਦੇ ਹੋਏ 2 FIR ਰਜਿਸਟਰ ਕੀਤੀਆਂ ਨੇ, 104 ਨੰਬਰ 105 ਨੰਬਰ ਐਸਟੀਐਫ ਪੁਲਿਸ ਸਟੇਸ਼ਨ ਮੋਹਾਲੀ 'ਚ। ਦੋਨਾਂ ਦੇ ਵਿੱਚ ਸਾਨੂੰ 3 ਕਿਲੋ ਤਾਂ 130 ਗ੍ਰਾਮ ਹੈਰੋਇਨ ਜਿਹੜੀ ਬਰਾਮਦ ਹੋਈ ਹੈ ਔਰ 4 ਬੰਦੇ ਗ੍ਰਿਫਤਾਰ ਕੀਤੇ ਗਏ ਆ ਔਰ ਇਹਨਾਂ ਦਾ ਨੈਟਵਰਕ ਜਿਹੜਾ ਹੈਗਾ ਜੇਲ੍ਹ ਤੋਂ ਚੱਲ ਰਿਹਾ ਸੀਗਾ। ਜੇਲ੍ਹ ਦੇ ਵਿੱਚ ਆਦਮੀ ਜਿਹੜਾ ਅਸੀਂ ਆਈਡੈਂਟੀਫਾਈ ਕਰ ਲਿਆ ਕਿ ਜਿਹੜਾ ਆਦਮੀ ਇਹ ਸਾਰਾ ਨੈਟਵਰਕ ਚਲਾ ਰਿਹਾ ਸੀ ਇਹਦੇ, ਅਸੀਂ ਉਹਨੂੰ ਵੀ ਇਸ FIR 'ਚ ਮੁਲਜ਼ਮ ਰੱਖਿਆ ਔਰ ਅਸੀਂ ਉਹਦਾ ਵੀ ਕਾਰਵਾਈ ਕਰਾਂਗੇ। ਵੈਸੇ ਜੀ ਇੱਕ ਤਾਂ ਚਾਹ ਦੀ ਦੁਕਾਨ ਦਾ ਕੰਮ ਕਰਦਾ, ਇੱਕ ਇਲੈਕਟ੍ਰੀਸ਼ੀਅਨ ਦਾ ਕੰਮ ਕਰਦਾ ਔਰ ਲੇਕਿਨ ਮੇਨ ਕੰਮ ਇਹਨਾਂ ਦਾ ਡਰੱਗਸ ਦੇ ਵਿੱਚ ਹੀ ਹੈ। ਇਹ ਕੋਈ 4-5 ਸਾਲ ਤੋਂ ਕਰ ਰਿਹਾ, ਕੋਈ 2-3 ਸਾਲ ਤੋਂ ਕਰ ਰਿਹਾ, ਇਹ ਕਾਫੀ ਮਾਮਲੇ ਦਰਜ ਆ ਜੀ ਪਹਿਲਾਂ ਵੀ ਇਹਨਾਂ 'ਤੇ। ਜਿਹੜਾ ਜੇਲ੍ਹ 'ਚ ਆਦਮੀ ਬੈਠਾ ਉਹ 'ਤੇ ਵੀ ਕਾਫੀ ਮਾਮਲੇ ਦਰਜ ਨੇ ਪਹਿਲਾਂ। ਇਹ ਜ਼ਿਆਦਾ ਮੇਨ ਰੋਡ ਦਿੱਲੀ ਤੋਂ ਹੈ ਜੀ। ਮੋਹਰੇ ਜਿਹੜੇ ਆਪਣੇ ਆਪ 'ਚ ਸੈਲਫ ਸਟਾਈਲ ਦੀ ਮੋਹਰੇ ਨੇ ਸਾਰੇ ਔਰ ਗੁਰਵਿੰਦਰ ਵੀ ਕਾਫੀ ਐਕਟਿਵ ਆ, ਕਮਲ ਕੁਮਾਰ ਵੀ ਐਕਟਿਵ ਆ ਔਰ ਸਭ ਤੋਂ ਜਿਹੜਾ ਜ਼ਿਆਦਾ ਰਿਕਵਰੀ ਜਿਹੜੀ ਹੋਈ ਹੈ ਇਹ ਸੁਖਬੀਰ ਸਿੰਘ ਕੋਲੋਂ ਹੋਈ। ਸਰ ਆਪਾਂ ਨੂੰ ਪਤਾ ਹੀ ਜਿਵੇਂ ਹੁੰਦਾ ਵੀ ਦਿੱਲੀ ਤੋਂ ਲੈ ਕੇ ਆ ਰਹੇ ਜੇ ਕਿਤੇ ਵੀ ਆਪਣਾ ਉੱਥੇ ਤੱਕ ਹੱਥ ਨਹੀਂ ਪੈਂਦਾ ਜੀ? ਨਹੀਂ ਜੀ, ਜਦੋਂ ਦੇਖੋ ਇਹ ਵੀ ਆਪਣਿਆਂ ਨੂੰ ਬਚਾ ਕੇ ਕੰਮ ਕਰਦੇ ਨੇ, ਜੋ ਇਨਫੋਰਮੇਸ਼ਨ ਮਿਲਦੀ ਅਸੀਂ ਇਹਨਾਂ ਦੀ ਕਾਰਵਾਈ ਕਰਦੇ। ਸਰ ਲੇਡੀਜ਼ ਦਾ ਕੀ ਰੋਲ ਹੈ ਜੀ? ਉਹ ਵੀ ਸਮਾਨ ਵੇਚਦੀ ਹੈ ਜੀ, ਇਹਨਾਂ ਦਾ ਡਰੱਗਸ ਜਿਹੜੀਆਂ ਵੇਚਦੀ ਹੈ। ਨਕੋਦਰ ਵਾਲਾ ਵੀ ਦਿੱਲੀ ਤੋਂ ਲੈ ਕੇ ਆਉਂਦਾ ਜੀ, ਜੋ ਪਤਾ ਲੱਗਿਆ। ਇਹ ਜਿਹੜਾ ਟਿੱਬਾ ਰੋਡ ਤੋਂ ਫੜਿਆ ਜੀ, ਡਾਬੇ ਠਾਣੇ ਦੇ ਏਰੀਏ ਦੇ ਵਿੱਚੋਂ, ਸੋਰੀ ਆਜ਼ਾਦਪੁਰ ਜਿਹੜਾ ਇੱਕ ਹੈਗਾ ਤੁਹਾਡਾ ਆਜ਼ਾਦ ਨਗਰ ਡੱਬਾ ਲੁਧਿਆਣਾ। ਨਹੀਂ ਇਹ ਜਿਹੜਾ ਲੁਧਿਆਣਾ ਜੇਲ੍ਹ ਤੋਂ ਜੀ, ਇਹਨਾਂ ਕੋਲੋਂ ਜੀ 3 ਕਿਲੋ 130 ਗ੍ਰਾਮ ਪਕੜਿਆ ਗਿਆ ਜੀ। ਕੀਮਤ ਇਹਦੀ ਕੋਈ ਨਹੀਂ ਹੁੰਦੀ ਜੀ, ਉਹ ਜਿਹੜੀ ਆਪਾਂ ਕਹਿ ਦਿੰਦੇ ਇੰਟਰਨੈਸ਼ਨਲ ਮਾਰਕੀਟਿੰਗ ਵਾਲੀ ਕੀਮਤ ਤੋਂ ਗਲਤ ਅੰਦਾਜ਼ਾ, ਉਹ ਗਲਤ ਗੱਲ ਹੁੰਦੀ ਹੈ। ਇਹਨਾਂ ਦਾ ਕੋਈ ਬ੍ਰਾਂਡਡ ਆਈਟਮ ਤਾਂ ਹੈ ਨਹੀਂ।